ਬੱਚੇ ਕਿੰਨੇ ਛੇ ਬੱਚੇ ਤਿੰਨ ਤਿੰਨ ਬੱਚੇ ਨੇ ਅੱਛਾ ਤੇ ਬੱਚੇ ਪੜਦੇ ਨੇ ਨਹੀਂ ਜੀ ਆਪਣੇ ਆਪਣੇ ਘਰਾਂ ਚ ਆਪਣੇ ਆਪਣੇ ਘਰਾਂ ਚ ਕੀ ਮਤਲਬ ਵੱਖਰੇ ਹੋ ਗਏ ਚਲੇ ਗਏ ਓਹੋ ਵੱਖਰੇ ਹੋ ਗਏ ਹਾਂਜੀ ਤੇ ਬਾਪ ਨੂੰ ਫੇਰ ਕੱਲੇ ਛੋੜਦਾ ਅਸੀਂ ਦੋਵੇਂ ਜੀ ਕੱਲੇ ਫੇਰ ਮਾਂ ਬਾਪ ਨੂੰ ਕੱਲੇ ਛੋੜਦਾ ਹਾਂਜੀ ਅੱਜ ਅੱਲਾਹ ਪਾਕ ਨੇ ਇੰਨੀ ਖੁਸ਼ੀ ਦਿੱਤੀ ਆ ਹੈ ਨਹੀਂ ਰੱਬ ਦੀ ਕੁਦਰਤ ਨਾਲ ਕੀ ਪਰੇਸ਼ਾਨੀ ਕਿਉਂ ਹੈ ਸੇ ਖੁਸ਼ ਹੋਣਾ ਚਾਹੀਦਾ ਹੈ ਹੈ ਕੀ ਗੱਲ ਮੇਰਾ ਵੀ ਮੈਂ ਕਿਹੋ ਜਿਹੀ ਸੀ ਹਾਂ ਇਦਾਂ ਹਾਏ ਪੂਰੀ ਜ਼ਿੰਦਗੀ ਉਸ ਟੁੱਟੇ ਭਜੇ ਸਾਈਕਲ ਤੇ ਗੁਜ਼ਰ ਗਈ ਆ ਤੇ ਜਿਸਲੇ ਐਸਾਂ ਦੀਆਂ ਖੁਸ਼ੀਆਂ ਯਕਦਮ ਮਿਲ ਜਾਣ ਤੇ ਫਿਰ ਇਨਸਾਨ ਜਿਹੜਾ ਨਾ ਅੱਲਾਹ ਪਾਕ ਨੂੰ ਦੇਖਦਾ ਵਾ ਕਿ ਅੱਲਾਹ ਪਾਕ ਨੇ ਮੇਰੇ ਤੇ ਅੱਜ ਬਹੁਤ ਬੜੀ ਮਿਹਰਬਾਨੀ ਕਰ ਦਿੱਤੀ ਆਜੋ ਆਪਣੇ ਸਾਈਕਲ ਆਜੋ ਆਜੋ ਫਗਰਵਾਜੀ ਇੱਕ ਮਿਹਨਤ ਕਰਦਾ ਹੋਇਆ ਅੱਲਾ ਦਾ ਬੰਦਾ ਆ ਰਿਹਾ ਜੇ देखो पता नहीं किथों आ रिया वा और इन्हें किथे जाना वा तेनु रोकीए देखो जी अल्लाह दे काम है बस ये सब मेरे अल्लाह पाक दे काम आ अस्सलाम वालेकुम जी वालेकुम सलाम जी ਪੀਠਾ ਕੋ ਸ਼ੁਕਰ ਆ ਲੜਿਆ ਮਾਸ਼ਾ ਅੱਲਾ ਜੀ ਮਾਸ਼ਾ ਅੱਲਾ ਕੀ ਨਾਮ ਆਪਣਾ ਮੇਰਾ ਨਾਮ ਮੁਹੰਮਦ ਅਸ਼ਰਫ ਮੁਹੰਮਦ ਅਸ਼ਰਫ ਹਾਂਜੀ ਅੱਛਾ ਤੇ ਆਪਣੀ ਕਿੰਨੀ ਉਮਰ ਆ ਉਮਰ ਮੇਰੀ 85 ਸਾਲ ਓ 85 ਸਾਲ ਉਮਰ ਆ 7 ਸਾਲ ਦਾ ਜਦੋਂ ਉੱਜੜ ਗਏ ਆ ਅੱਛਾ ਹਾਂਜੀ ਅੱਛਾ ਤੇ ਕੀ ਵੇਚਦੇ ਪੇਜੇ ਕਿ ਨੋ ਆਏ ਨਾ ਰੋਪੜੀਆਂ ਤੋਂ ਆਇਆ ਅੱਛਾ ਦਿਖਾਓ ਅੱਛਾ ਜੀ ਅੱਛਾ ਜੀ ਇਹ ਪਾਪ ਇਹ ਦੇਖੋ ਜੀ ਇਹ ਪਾਪੜ ਜੇ ਇਹ ਬੱਚੇ ਖਾਂਦੇ ਨੇ ਹਾਂ ਜੀ ਅੱਛਾ ਤੇ ਬੱਚੇ ਵੀ ਖਾਂਦੇ ਸਿਆਣੇ ਵੀ ਖਾਂਦੇ ਆ ਤੇ ਇਧਰੋਂ ਕਿਧਰੋਂ ਆ ਰਹੇ ਜੇ ਬਸ ਇਧਰੋਂ ਪਿੰਡ ਨੂੰ ਫਿਰ ਗਿਆ ਚਾਹ ਰਿਆ ਸੀ ਅੱਛਾ ਹਾਂ ਜੀ ਕਿ ਦੋ ਦਿਨ ਨਿਕਲੇ ਹੋਏ ਜੇ ਮੈਂ ਘਰੋਂ ਨਿਕਲਿਆ ਕੋ 2 ਵਜੇ 2 ਵਜੇ ਅੱਛਾ ਤੇ ਹੁਣ ਤੱਕ ਕੁਛ ਵਟਿਆ ਵਟਿਆ ਕਿ ਨਹੀਂ ਨਹੀਂ ਹਾਂ ਨਹੀਂ ਵਟਿਆ ਹੁਣ ਤੇ ਮੇਰਾ 4 ਵਜੇ ਦਾ ਟਾਈਮ ਹੈ ਤੇ ਹਾਂ ਜੀ ਹੈ ਹਾਂ ਜੀ ਹਾਂ ਅੱਜ ਜਿਹੜੀ ਮੰਡੀ ਜਾ ਰਹੀ ਆ ਹਾਂਜੀ ਜੋ ਵੀ ਸ਼ੁਕਰ ਅਲਾ ਦਾ ਕਰੋ ਬਸ ਹਾਂ ਦੇਖੋ ਹਜੇ ਤੱਕ ਕੁਝ ਵੀ ਸੇਲ ਨਹੀਂ ਹੋਈ ਤੇ ਆਪਣੇ ਰੱਬ ਦਾ ਸ਼ੁਕਰ ਅਦਾ ਕਰ ਰਿਹਾ ਵਾ ਤੇ ਇਹ ਦੱਸੋ ਕਿ ਘਰ ਦਾ ਸਿਸਟਮ ਕਿਵੇਂ ਚੱਲ ਰਿਹਾ ਘਰ ਦਾ ਸਿਰ ਰੱਬ ਤੇ ਰੱਬ ਤੇ ਰੱਬ ਤੇ ਮੇਰੇ ਕੋਲ ਨਹੀਂ ਅੱਛਾ ਹਾਂ ਬੱਚੇ ਕਿੰਨੇ ਜੇ ਬੱਚੇ ਤਿੰਨ ਤਿੰਨ ਬੱਚੇ ਨੇ ਅੱਛਾ ਤੇ ਬੱਚੇ ਪੜ੍ਹਦੇ ਨੇ ਨਹੀਂ ਜੀ ਆਪਣੇ ਆਪਣੇ ਘਰਾਂ ਚ ਆਪਣੇ ਆਪਣੇ ਘਰਾਂ ਚ ਹਾਂਜੀ ਕੀ ਮਤਲਬ ਵਖਰੇ ਹੋ ਗਏ ਚਲੇਗਾ ਓਹੋ ਵਖਰੇ ਹੋ ਗਏ ਹਾਂਜੀ ਤੇ ਬਾਪ ਨੂੰ ਫੇਰ ਕੱਲੇ ਛੋੜਦਾ ਅਸੀਂ ਦੋਵੇਂ ਜੀ ਕੱਲੇ ਫੇਰ ਮਾਂ ਬਾਪ ਨੂੰ ਕੱਲੇ ਛੋੜਦਾ ਹਾਂਜੀ ਅੱਛਾ ਤੇ ਮੈਂ ਦੇਖਣ ਦੇ ਆ ਕਿ ਤੁਹਾਡਾ ਸਾਈਕਲ ਵੀ ਜਿਹੜਾ ਨਾ ਬੜਾ ਖਸਾ ਹਾਲਾ ਦਾਵਾ ਕਿੰਨਾ ਸਫਰ ਰੋਜ਼ਾ ਕਰ ਲੈਂਦੇ ਜੇ ਓਹੋ ਪੈ ਜਾਂਦਾ ਕੋ 15 14 ਕਿਲੋਮੀਟਰ 15 14 ਕਿਲੋਮੀਟਰ ਇਹ ਸਫਰ ਕਰਦੇ ਨੇ ਸਾਈਕਲ ਤੇ ਸਫਰ ਹੋ ਜਾਂਦਾ ਦੇਖੋ ਇਹ ਕਿੰਨਾ ਖਸਾ ਹਾਲਤ ਦਾ ਵਾਹ ਸ਼ੁਕਰ ਕਰਨਾ ਚਾਹੀਦਾ ਅੱਲਾ ਦਾ ਜਿੱਥੇ ਰੱਬ ਰੱਖੇ ਉੱਥੇ ਰਵੋ ਹਾਂ ਜਿੱਥੇ ਰੱਬ ਰੱਖੇ ਉੱਥੇ ਸ਼ੁਕਰ ਦਾ ਕਰਨਾ ਚਾਹੀਦਾ ਵਾਹ ਦੇਖੋ ਇਹਦਾ ਬਹੁਤ ਖਸਾ ਹਾਲਤ ਦਾ ਸਾਈਕਲ ਹੈ ਹੈ ਇਹਦੇ ਘੰਟੀ ਵੀ ਨਹੀਂ ਹੈ ਇਹਦੀਆਂ ਜਿਹੜਾ ਨਾ ਆਪਣਾ ਉਹ ਟਾਇਰ ਵੀ ਦੇਖੋ જરા ਕੀ ਹਾਲ ਆ ਹੈ ਤੇ ਬੜਾ ਮੁਸ਼ਕਲ ਆ ਅਗਰ ਕਿਸੇ ਵਕਤ ਰਸੇ ਚ ਸਾਈਕਲ ਖਰਾਬ ਹੋ ਜਾਵੇ ਹੈ ਤੇ ਫਿਰ ਕਿਵੇਂ guzara ਹੁੰਦਾ ਬਾ ਗੁਜ਼ਾਰਾ ਫੇ ਇੱਦਾਂ ਰੱਬ ਦੀ ਗੁਜ਼ਾਰਾ ਹੂੰ ਬੰਦੇ ਦੇ ਗੁਜ਼ਾਰਾ ਰੱਬ ਕਿੰਨਾ ਹੋਸਾ ਕਮਾ ਲੈਂਦੇ ਜੇ 2250 ਰੁਪਇਆ ਸਿਰਫ 2250 ਹਾਂਜੀ ਅੱਛਾ ਤੇ 2250 ਨਾਲ ਗੁਜ਼ਾਰਾ ਹੋ ਜਾਂਦਾ ਸ਼ੁਕਰ ਅੱਲਾ ਦਾ ਕਰੋ ਸ਼ੁਕਰ ਅੱਲਾ ਦਾ ਕਰੋ 2250 ਦੇ ਅੱਜ ਕਾ ਸਬਜ਼ੀ ਵੀ ਨਹੀਂ ਬਣਦੀ ਪਈ ਨਾ ਬਣੇ ਅਸੀਂ ਜੀ ਦੋ ਅੱਛਾ ਸ਼ੁਕਰ ਅੱਲਾ ਦਾ ਕਰੋ ਦੇਖੋ ਜੀ ਕੋਈ ਲਾਲਚ ਨਹੀਂ ਹੈ ਕੋਈ ਤਮਾ ਨਹੀਂ ਹੈ 2250 ਚ ਵੀ ਅੱਲਾ ਪਾਕ ਦਾ ਸ਼ੁਕਰ ਅਦਾ ਕਰ ਰਿਹਾ ਹੈ ਹੈ ਔਰ ਮੁਸਕਰਾ ਕੇ ਕਰ ਰਹੇ ਨੇ ਦੇਖੋ ਕਿੰਨੀ ਅੱਛਾ ਮੈਨੂੰ ਇਹ ਦੱਸੋ ਕਿ ਤੇ ਇਦਰੋਂ ਤੁਸੀਂ ਕੀ ਇਹ ਕਿਹੜਾ ਇਲਾਕਾ ਜੀ ਆਓ ਹਾਂ ਜਲਾਕ ਮੇਰੇ ਵਾਲਾ ਇੱਧਰ ਆਓ ਇੱਧਰ ਆਓ ਦੱਸੋ ਇਹ ਕੀ ਇਲਾਕਾ ਵਾ ਕਿਹੜਾ ਇਲਾਕਾ ਵਾ ਇਹ 45 ਦਾ ਇਹ 45 ਦਾ ਹਾਂਜੀ ਅੱਛਾ ਇੱਧਰ ਪਿੰਡ ਐਸੇ ਲੱਗ ਏਡਾ ਘੁੰਮ ਕੇ ਆਉਣੀ ਨਹੀਂ ਇਹ ਸੜਕ ਆ ਹਾਂਜੀ ਇਹ ਕਿੱਧਰ ਜਾਂਦੀ ਹੈ ਇਹ ਮਰਬਿਆਂ ਨੂੰ ਕਿਹੜੇ ਮਰਬਿਆਂ ਨੂੰ ਕਿਹੜੇ ਪਿੰਡਾਂ ਦੇ ਮਰਬਿਆਂ ਨੂੰ ਆਹ ਚੌਕੀ ਵਾਲ ਨੂੰ ਅੱਛਾ ਤੇ ਇਹ ਕਿਹੜੇ ਇਹ ਕਿਹੜਾ ਜਗ੍ਹਾ ਇਹ ਚੌਕੀ ਦੇ ਨਾਲ ਦਾ ਅਗਲਾ ਮਰਬਾ ਨਹੀਂ ਇਹ ਕਿਹੜਾ 45 ਕਿਸੇ ਦਾ ਇਹ 45 ਆ 45 ਆ ਹਾਂਜੀ 45 ਠੱਗਾ ਨਹੀਂ ਕਿ ਦੂਸਰੀ ਠੱਗਾ ਵਾਲੀ ਠੱਗਾਈ ਅੱਛਾ ਇਹ ਇਹ ਉਹ ਉਹ ਜਿਹੜੇ ਆ ਉਹ ਜਿਹੜੇ ਸਾਹਮਣੇ ਆ ਹਾਂਜੀ ਉਹ ਕਿਹੜੀ ਆਬਾਦੀ ਹੈ ਉਹ ਚੌਕੀ ਹੈ ਮੁਰਗੀਖਾਨੇ ਅੱਛਾ ਮੁਰਗੀਖਾਨੇ ਆ ਹਾਂਜੀ ਅੱਛਾ ਅੱਛਾ ਇੱਥੇ ਫਸਲ ਕਿਹੜੀ ਬੀਜੀ ਹੈ ਇੱਥੇ ਕਮਾਜ ਬੀਜਿਆ ਸੀ ਉਹ ਵੱਢਿਆ ਗਿਆ ਵੱਢਿਆ ਗਿਆ ਹਾਂਜੀ ਅੱਛਾ ਇਹ ਫਸਲ ਕਿਹੜੀ ਆ ਇਹ ਰਾਇਆ ਜੀ ਰਾਇਆ ਰਾਇਆ ਕਿਹਨੂੰ ਕਹਿੰਦੇ ਆ ਰਾਇਆ ਕਿਹਨੂੰ ਕਹਿੰਦੇ ਸਰੋਂ ਨੂੰ ਸਰੋਂ ਨੂੰ ਸਰੋਂ ਕਿਹਨੂੰ ਕਹਿੰਦੇ ਆ ਸਰੋਂ ਕਹਿੰਦੇ ਆ ਜੀ ਚਰਾਂ ਤੇ ਲਵਣ ਵਾਲੀ ਸਰਾ ਦਾ ਤੇਰਾ ਦੋਰੀਆ ਕੌੜਾ ਹੁੰਦਾ ਉਹ ਵੀ ਇਦਾਂ ਹੀ ਭਰਾ ਹੈ ਤੇ ਫੁੱਫੀ ਦੇ ਪੁੱਤ ਕਿਹੜਾ ਹੋਇਆ ਫੁੱਫੀ ਦਾ ਪੁੱਤ ਕੁਸੂ ਅੱਛਾ ਜੀ ਆਓ ਆਪਣੇ ਸਾਈਕਲ ਦੇ ਕੋਲ ਆ ਜਾਓ ਹੁਣ ਆ ਜਾਓ ਆ ਜਾਓ ਆਪਣੇ ਸਾਈਕਲ ਦੇ ਕੋਲ ਆ ਜਾਓ ਅਸੀਂ ਇਸ ਵਾਰ ਸੇ ਇਸ ਇਲਾਕੇ ਦਾ ਪੁੱਛਦੇ ਆ ਨਾ ਕਿ ਅਸੀਂ ਕਿਹੜੇ ਇਲਾਕੇ ਚ ਖੜੇ ਆ ਹਾਂ ਜੀ 45 ਜੀ ਹਾਂ ਹਾਂ ਜੀ ਆਪਣੇ ਸਾਈਕਲ ਦੇ ਕੋਲ ਆ ਜਾਓ ਹਾਂ ਜੀ ਇਹ ਕੀ ਹੋਇਆ ਰੰਗ ਹੋ ਗਿਆ ਸਾਈਕਲ ਹਾਂ ਦੇਖ ਲੋ ਜੀ ਹੈ ਇਹ ਇਹ ਨਹੀਂ ਸੀ ਇਹ ਸਾਈਕਲ ਹਾਂ ਕੀ ਗੱਲ ਸਾਈਕਲ ਇਹ ਤੇ ਨਹੀਂ ਸੀ ਮਾ ਸਾਹਿਬ ਇਹਨੂੰ ਪੁੱਛੋ ਟਟਾ ਡਾਏ ਸਾਈਕਲ ਤੇ ਨਹੀਂ ਸੀ ਕੀ ਗੱਲ ਪਰੇਸ਼ਾਨ ਹੋ ਗਏ ਹੈ ਕੀ ਗੱਲ ਜੇ ਹਾਏ ਹੈ ਪਰੇਸ਼ਾਨ ਹੋ ਗਏ ਹੈ ਕਿਉਂ ਪਰੇਸ਼ਾਨ ਹੋਏ ਜੇ ਹੈ ਕਹੋ ਬਤਾ ਹਾਂ

ਅਬ ਫੇਲਾ ਬਲ ਕੀ ਹੈ ਅਜਾ ਅੱਲਾ ਪਾਕ ਨੇ ਇੰਨੀ ਖੁਸ਼ੀ ਦਿੱਤੀ ਆ ਹੈ ਨਹੀਂ ਰੱਬ ਦੀ ਕੁਦਰਤ ਨਾਲ ਕੀ ਪਰੇਸ਼ਾਨੀ ਕਿਉਂ ਹੈ ਸੇ ਖੁਸ਼ ਹੋਣਾ ਚਾਹੀਦਾ ਹੈ ਕੀ ਗੱਲ ਮੇਰੀ ਮੈਂ ਕਿਹਦੇ ਖੁਸ਼ੀ ਨਾਲ ਹਾਏ ਪੂਰੀ ਜ਼ਿੰਦਗੀ ਉਸ ਟੁੱਟੇ ਭਜੇ ਸਾਈਕਲ ਤੇ ਘੁਸਰ ਗਈ ਆ ਤੇ ਜਿਸ ਨੇ ਐਸਾਂ ਦੀਆਂ ਖੁਸ਼ੀਆਂ ਇੱਕਦਮ ਮਿਲ ਜਾਣ ਤੇ ਫੇਰ ਇਨਸਾਨ ਜਿਹੜਾ ਨਾ ਅੱਲਾਹ ਪਾਕ ਨੂੰ ਦੇਖਦਾ ਵਾ ਕਿ ਅੱਲਾਹ ਪਾਕ ਨੇ ਮੇਰੇ ਤੇ ਅੱਜ ਬਹੁਤ ਬੜੀ ਮਿਹਰਬਾਨੀ ਕਰ ਦਿੱਤੀ ਆਜੋ ਆਪਣੇ ਸਾਈਕਲ ਆਜੋ ਆਜੋ ਓਏ ਫੇਜ ਆਪਣਾ ਮੇਰਾ ਨਾਮ ਮੁਹੰਮਦ ਅਸ਼ਰਫ ਭਾਈ ਮੁਹੰਮਦ ਅਸ਼ਰਫ ਹਾਂਜੀ ਨਾ ਹੀ ਤੈਨੂੰ ਜਾਣਦੇ ਹਾਂ ਹਾਂ ਹਾਂਜੀ ਨਾ ਤੂੰ ਸਮਝ ਜਾਂਦਾ ਹਾਂਜੀ ਅਸੀਂ ਜਾਣਦੇ ਹਾਂ ਇਸ ਪਿੰਡ ਵੱਲ ਨੂੰ ਹਾਂਜੀ ਤੇ ਅਗੋ ਤੂੰ ਟਕਰ ਗਿਆ ਹਾਂਜੀ ਨਾ ਤੂੰ ਸੜਕੋ ਮੰਗਿਆ ਨਾ ਨਾ ਹੀ ਤਾਂ ਦਿੱਤਾ ਨਾ ਤੇ ਵੇ ਕਹਿੰਦਾ ਫਿਰ ਪਰ ਰੱਬ ਨੇ ਅੱਲਾਹ ਪਾਕ ਆਪਣੇ ਬੰਦੇ ਵਾਸਤੇ ਆਸਾਨੀਆਂ ਕਰਦਾ ਉਸ ਬੰਦੇ ਵਾਸਤੇ ਜਿਹੜਾ ਇਸ ਉਮਰੇ ਵੀ ਇਨੀ ਮਿਹਨਤ ਕਰ ਰਿਹਾ ਵਾ ਹੈ ਤੇ ਅੱਲਾਹ ਪਾਕ ਦੀ ਤਰਫੋਂ ਇਹ ਰਾਸ਼ਨ ਵੀ ਹੈ ਤੁਹਾਡੇ ਵਾਸਤੇ ਤੇ ਅੱਲਾਹ ਪਾਕ ਦੀ ਤਰਫੋਂ ਇਹ ਕਪੜੇ ਵੀ ਹੈ ਤੁਹਾਡੇ ਵਾਸਤੇ ਹੈ ਔਰ ਇਹ ਜੁੱਤੀ ਵੀ ਅੱਲਾਹ ਪਾਕ ਦੀ ਤਰਫੋਂ ਤੇ ਅੱਲਾਹ ਪਾਕ ਨੇ ਹੋਰ ਕੁਝ ਵੀ ਦੇ ਦਿਆ ਹਾਂਜੀ ਠੀਕ ਹੈ ਜੀ ਹਾਂ ਅੱਲਾਹ ਪਾਕ ਦੀ ਤਰਫੋਂ ਹੋਰ ਕੁਝ ਵੀ ਦੇ ਐ ਮੇਰੇ ਅੱਲਾਹ ਪਾਕ ਦੀ ਤਰਫੋਂ

ਅੱਛਾ ਇਹ ਦੱਸੋ ਅੱਜ ਖੁਸ਼ ਹੋ ਜਾ ਬਸ ਹੁਣ ਖੁਸ਼ ਹੋ ਜਾ ਅਸੀਂ ਤਾਂ ਰਵਾਨ ਨਹੀਂ ਆਏ ਅਸੀਂ ਤੁਹਾਨੂੰ ਖੁਸ਼ੀਆਂ ਦੇਣ ਆਏ ਆ ਇਹ ਕਿੰਨੇ ਪੈਸੇ ਜੇ ਅੱਲਾ ਜਾਣੇ ਕਿੰਨੇ ਤੁਹਾਨੂੰ ਅੱਲਾ ਜਾਣੇ ਕਿੰਨੇ ਜੇ ਇਹ 10000 ਆ ਅੱਛਾ ਇਹ 10000 ਇਹ ਸਾਈਕਲ ਇਹ ਕੱਪੜੇ ਇਹ ਰਾਸ਼ਨ ਇਹ ਉਸ ਭਾਈ ਦੀ ਤਰਫੋਂ ਆ ਜਹਾਂਗੀਰ ਭਾਈ ਦੀ ਤਰਫੋਂ ਆ ਅੱਲਾ ਤਾਲਾ ਤੁਹਾਨੂੰ ਤੰਦਰੁਸਤੀ ਉਹਨਾਂ ਵਾਸਤੇ ਦੁਆ ਕਰਨਾ ਕਿ ਅੱਲਾ ਪਾਕ ਉਹਨਾਂ ਨੂੰ ਖੈਰ ਬਰਕਤਾਂ ਤਾ ਕਰੇ ਔਰ ਅੱਲਾ ਪਾਕ ਸਾਡੇ ਸਭ ਵਾਸਤੇ ਆਸਾਨੀਆਂ ਕਰੇ ਆਮੀਨ ਬਸੇ ਖੁਸ਼ੀ ਮਹਿਸੂਸ ਹੋਈ ਕਿੰਨੀ ਖੁਸ਼ੀ ਮਹਿਸੂਸ ਹੋਈ ਫਿਰ ਮੈਂ ਤੁਸੀ ਹੱਸ ਕੇ ਦਿਖਾ ਦੋ ਹੈ ਅੱਲਾ ਨਾਲ ਸ਼ੁਕਰ ਹੈ ਹਾਂ ਅੱਲਾ ਦਾ ਸ਼ੁਕਰ ਆਖਰੀ ਨਬੀ ਦੀ ਉਮਮਤ ਕਿੰਦੀ ਸੋਹਣੀ ਹੈ ਇਹਦੇ ਨਾਲ ਪਿਆਰ ਨਾਲ ਬੋਲੋ ਧੋਖੇ ਨਾਲ ਨਾ ਬੋਲੋ ਹਾਂ ਬਸ ਮੈਂ ਤਾਂ ਜਾਉਂ ਮੈਂ ਤੇ ਆਪਣੇ ਅੱਲਾ ਦੇ ਉਸ ਬੰਦੇ ਨੂੰ ਰਾਜ਼ੀ ਕਰਨ ਆਈ ਹਾਂ ਜਿਹੜਾ ਵਿਚਾਰਾ ਇਸ ਉਮਰੇ ਵੀ ਦੁੱਖਾਂ ਤਕਲੀਫਾਂ ਚ ਗੁਜ਼ਰ ਰਿਹਾ ਵਾ ਔਰ ਮਿਹਨਤ ਚ ਗੁਜ਼ਰ ਰਿਹਾ ਵਾ ਤੇ ਇੱਕ ਦਫਾ ਖਸ ਕੇ ਦਿਖਾ ਦੋ ਹੁਦਾ ਕਿ ਮੈਨੂੰ ਸਕੂਨ ਆ ਜਾਵੇ ਕਿ ਮੈਂ ਚਿਹਰੇ ਤੇ ਮੁਸਕਰਾਹਟ ਲਿਆndi ਆ ਠੀਕ ਹੈ ਜੀ ਹਾਂ ਐਸਰਾ ਤੇ ਆ ਬਜਾਓ ਜ਼ਰਾ ਆਪਣੇ ਹੱਥਾਂ ਨਾਲ ਵਾਹ ਜੀ ਵਾ ਅੱਗੇ ਤੁਸੀਂ ਆਵਾਜ਼ ਦਿੰਦੇ ਸੀ ਹਾਂ ਜੀ ਹੁਣ ਤੁਸੀਂ ਇਹ ਪੰਪ ਵਜਾਓਗੇ ਹੈ ਤੇ ਫਿਰ ਲੋਕੀ ਆਣਗੇ ਤੁਹਾਡੇ ਵੱਲ ਬੱਚੇ ਆਣਗੇ ਫਿਰ ਤੁਹਾਡੀ ਉਹ ਸੇਲ ਹੋਏਗੀ ਠੀਕ ਹੈ ਜੀ ਫਿਰ ਜਿੰਦੇ ਵਾਸਤੇ ਰਵੋ ਹੈ ਇਹ ਸਭ ਮੇਰੇ ਅੱਲਾਹ ਪਾਕ ਦੀ ਤਰਫੋਂ ਹਾਂ